ਪੰਜਾਬ ਫਰੀਕੋਟ ਦੇ ਵਿੱਚ ਪਹਿਲੀ ਵਾਰ ਹੋ ਰਹੀ ਆ ਜਿਹਦੇ ਵਿੱਚ ਅਸੀਂ 골ਡ ਮੈਡਲ ਪਹਿਲੇ ਨੂੰ ਫਸਟ ਨੂੰ ਦੇਵਾਂਗੇ ਅਸਲੀ, ਉਸ ਤੋਂ ਬਾਅਦ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ। ਤੇ ਸਾਰੇ ਜਿਹੜੇ ਰਾਈਡਰ ਪੰਜਾਬ ਭਰ ਤੋਂ ਆਏ ਹੋਏ ਆ ਤੇ ਇਹਨਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜੀ। 20 ਤੋਂ 25 ਦੇ ਕਰੀਬ ਜਿਹੜੇ ਪਾਰਟਿਸਪੈਂਟ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ। ਜੋ ਸਾਈਕਲ ਰੇਸ ਹੋ ਰਹੀ ਹੈ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ। ਅੱਜ ਕੱਲ੍ਹ ਜੋ ਨਸ਼ਿਆਂ ਦਾ ਪ੍ਰਕੋਪ ਬਹੁਤ ਜ਼ਿਆਦਾ ਵੱਧ ਰਿਹਾ ਹੈ। ਐਕਚੁਅਲੀ ਮੇਰੇ ਨਾਲ ਦੇ ਰਾਈਡਰ ਜੋ ਕਹਿ ਰਹੇ ਤਰਨ ਤਾਰਨ ਤੋਂ ਆਏ ਹੈ, ਕਿਸੇ ਰਾਈਡ ਲਾਣ ਕੋਈ ਰਾਈਡ 'ਤੇ ਪਾਰਟੀਸਪੇਟ ਕਰਨ ਲਈ ਕੋਈ ਡਿਸਟੈਂਸ ਨਹੀਂ ਵੇਖਿਆ ਜਾਂਦਾ। ਅਸੀਂ ਹੁਸ਼ਿਆਰਪੁਰ ਜਾ ਕੇ ਪਿਛਲੇ ਸਾਲ ਵੀ ਅਤੇ ਐਤਕੇ ਸਾਲ ਵੀ ਹੁਸ਼ਿਆਰਪੁਰ ਜਾ ਕੇ ਰਾਈਡ ਲਾਈ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਲੋਕਾਂ ਦੇ ਨਾਲ ਜਿਹੜੀਆਂ ਖੁਸ਼ੀਆਂ ਸਾਂਝੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਤਾਂ ਉਸੇ ਨੂੰ ਲੈ ਕੇ ਜਿਹੜੀ ਅੱਜ ਸਾਈਕਲ ਰਾਈਡ ਕੱਢੀ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ। ਸਰ, ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਸ਼ੁਰੂਆਤ ਕਰਤੀ ਹੈ ਜਿਹੜੀ ਅੱਜ ਸਾਈਕਲ ਰਾਈਡ ਕੱਢੀ ਜਾ ਰਹੀ ਹੈ। ਇਹ ਜਿਹੜੀ ਸਾਈਕਲ ਰੇਸ ਆ ਜੀ, ਤਾਂ ਇਹ 25 ਕਿਲੋਮੀਟਰ ਦੀ ਰੇਸ ਆ ਜਿਹੜੀ ਲਾ ਰਹੀ ਹੈ। ਪੰਜਾਬ ਫਰੀਕੋਟ ਦੇ ਵਿੱਚ ਪਹਿਲੀ ਵਾਰ ਹੋ ਰਹੀ ਆ ਜਿਹਦੇ ਵਿੱਚ ਅਸੀਂ 골ਡ ਮੈਡਲ ਪਹਿਲੇ ਨੂੰ ਫਸਟ ਨੂੰ ਦੇਵਾਂਗੇ ਅਸਲੀ, ਉਸ ਤੋਂ ਬਾਅਦ ਸਿਲਵਰ ਮੈਡਲ ਅਤੇ ਬ੍ਰੌਂਜ਼ ਮੈਡਲ। ਅਤੇ ਸਾਰੇ ਜਿਹੜੇ ਰਾਈਡਰ ਪੰਜਾਬ ਭਰ ਤੋਂ ਆਏ ਹੋਏ ਆ ਅਤੇ ਇਹਨਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜੀ। ਅਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਦੀ ਕਲੋਜਿੰਗ ਆ ਉਹ 9:30 ਵਜੇ ਹੋਟਲ ਦਾਸਤਾਨ ਦੇ ਵਿੱਚ ਰੱਖੀ ਗਈ ਆ, ਉੱਥੇ ਇਹਨਾਂ ਨੂੰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੇਵਾਂਗੇ। ਕਿੰਨਾ ਜਿਹੜਾ ਇਹ ਰੱਖਿਆ ਗਿਆ? 25 ਕਿਲੋਮੀਟਰ ਦਾ ਡਿਸਟੈਂਸ ਹੈਗਾ ਜੀ। 25 ਕਿਲੋਮੀਟਰ ਜੀ ਸਰ, 25 ਕਿਲੋਮੀਟਰ। ਹਾਂਜੀ ਸਰ। ਕਿੰਨੇ ਕੁ ਜਿਹੜੇ ਹਿੱਸਾ ਲੈ ਰਹੇ ਆ ਸੈਂਕਰ? ਕੋਈ 20-25 ਦੇ 20 ਤੋਂ 25 ਦੇ ਕਰੀਬ ਜਿਹੜੇ ਪਾਰਟੀਸਪੈਂਟ ਦੇ ਵਿੱਚ ਪਾਰਟੀਸਪੇਟ ਕਰ ਰਹੇ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਅੱਜ ਸਾਈਕਲ ਰੇਸ ਕਰਾਈ ਜਾ ਰਹੀ ਆ, ਇਹ ਬੜੇ ਸਾਰੇ ਲੋਕ, ਸਾਰੇ ਪਾਰਟੀਸਪੇਟਰ ਬੜੇ ਉਤਸ਼ਾਹ ਨਾਲ ਇਹਦੇ ਵਿੱਚ ਹਿੱਸਾ ਲੈ ਰਹੇ ਆ ਅਤੇ ਆਪਣਾ ਜਿਹੜਾ ਜਿੱਤ ਪ੍ਰਾਪਤ ਕਰੂਗਾ ਉਹਨੂੰ 골ਡ ਮੈਡਲ ਦਿੱਤਾ ਜਾਊਗਾ। ਅਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ 'ਤੇ ਵੱਧ ਤੋਂ ਵੱਧ ਹਿੱਸਾ ਚੜ੍ਹ ਕੇ ਪਾਓ ਅਤੇ ਖੁਸ਼ੀਆਂ ਮਨਾਓ। ਕੀ ਕਹਿਣਾ ਚਾਹੋਗੇ ਅੱਜ ਜਿਹੜੀ ਤੁਹਾਡਾ ਸਾਈਕਲ ਰੇਸ ਕੱਢ ਰਹੇ ਹੋ? ਅੱਜ ਜੋ ਸਾਈਕਲ ਰੇਸ ਹੋ ਰਹੀ ਹੈ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ। ਅੱਜ ਕੱਲ੍ਹ ਜੋ ਨਸ਼ਿਆਂ ਦਾ ਪ੍ਰਕੋਪ ਬਹੁਤ ਜ਼ਿਆਦਾ ਵੱਧ ਰਿਹਾ ਹੈ, ਇਹ ਇਸ ਤਰ੍ਹਾਂ ਦੇ ਈਵੈਂਟ ਕਰਕੇ ਜਿਹੜਾ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਈਵੈਂਟ ਹਰੇਕ ਸ਼ਹਿਰ ਦੇ ਵਿੱਚ, ਹਰੇਕ ਡਿਸਟ੍ਰਿਕਟ ਦੇ ਵਿੱਚ ਵੱਧ ਤੋਂ ਵੱਧ ਹੋਣੇ ਚਾਹੀਦੇ ਹੈ। ਈਵੈਂਟ ਤਾਂ ਲਗਾਤਾਰ ਅੱਗੇ ਵੀ ਪਹਿਲਾਂ ਚੱਲਦੇ ਰਹਿੰਦੇ ਆ, ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜਿਹੜੇ ਪਹਿਲੇ ਦੂਜੇ ਤੀਜੇ ਨੰਬਰ 'ਤੇ ਆਉਣਗੇ ਉਹਨਾਂ ਨੂੰ 골ਡ ਮੈਡਲ, ਦੂਜੇ ਉਹਨਾਂ ਨੂੰ ਬ੍ਰੌਂਜ਼ ਦਾ ਜਾਂ ਹੋਰ ਦੇ ਕੇ ਅਤੇ ਉਹਨਾਂ ਨੂੰ ਮਾਣ ਸਨਮਾਨ ਕੀਤਾ ਜਾਵੇ। ਬਿਲਕੁਲ ਬਿਲਕੁਲ, ਇਹ ਤਕਰੀਬਨ ਮੈਨੂੰ ਲੱਗਦਾ ਪੰਜਾਬ ਜਾਂ ਆਪਣੇ ਆਲ ਇੰਡੀਆ ਦੇ ਵਿੱਚ ਇਹ ਪਹਿਲਾ ਈਵੈਂਟ ਹੀ ਹੋ ਰਿਹਾ ਜਿਸ ਵਿੱਚ ਫਸਟ, ਸੈਕੰਡ, ਥਰਡ ਨੂੰ ਜਿਹੜਾ ਪਿਓਰ ਸ਼ੁੱਧ 골ਡ ਮੈਡਲ ਅਤੇ ਸਿਲਵਰ ਅਤੇ ਬ੍ਰੌਂਜ਼ ਮੈਡਲ ਦਿੱਤਾ ਜਾਊਗਾ। ਬਹੁਤ ਵਧੀਆ ਜਨਾਬ, ਬਹੁਤ ਵਧੀਆ ਜੀ। ਮੈਂ ਤਰਨ ਤਾਰਨ ਨੂੰ ਆਇਆ ਜੀ ਅਤੇ ਬਹੁਤ ਹੀ ਵਧੀਆ ਅਰੇਂਜਮੈਂਟ ਆ, ਬੜਾ ਵਧੀਆ ਫੰਕਸ਼ਨ ਹੈ, ਉਪਰਾਲਾ ਬਹੁਤ ਵਧੀਆ ਕੀਤਾ ਫਰੀਦਕੋਟ ਵਾਲਿਆਂ ਨੇ। ਤਰਨ ਤਾਰਨ ਤੋਂ ਇੰਨੀ ਵਾਟ ਆਉਣ ਦੀ ਲੋੜ ਪੈਗੀ ਫਿਰ? ਭਾਜੀ, ਇਹ ਜਿਹੜੀ ਚੀਜ਼ਾਂ ਹੁੰਦੀਆਂ ਜਿਹਨਾਂ, ਇਹ ਲੋਟ ਨਹੀਂ ਹੁੰਦੀ, ਇਹ ਗੱਲ ਹੁੰਦੀ ਆ ਚਾਹ ਦੀ, ਪਿਆਰ ਦੀ। ਸਾਡਾ ਪਿਆਰ ਆ ਇਹਨਾਂ ਮਿੱਤਰਾਂ ਦਾ ਅਤੇ ਇੱਕ ਲੋਕਲ ਮੈਸੇਜ ਦੇਣ ਦਾ ਵੀ ਹੈਗਾ ਵਾ ਕਿ ਸਾਨੂੰ ਅਸੀਂ ਮੈਸੇਜ ਦੇ ਸਕੀਏ। ਇਹ ਜਿਹੜੇ ਵੱਡੇ ਵੱਡੇ ਸਾਈਕਲਿਸਟ ਆ ਇਹਨਾਂ ਦੇ ਨਾਲ ਬੜੀ ਸੁਭਾਗਯ ਦੀ ਗੱਲ ਹੁੰਦੀ ਜੀ ਇਹਨਾਂ ਨਾਲ ਰਾਈਡ ਲਾਉਣੀ। ਅੱਜ ਤਾਂ ਤੁਹਾਨੂੰ ਹੋਰ ਖੁਸ਼ੀ ਮਹਿਸੂਸ ਹੋ ਰਹੀਆਂ ਨੇ ਕਿਉਂਕਿ ਬਾਬਾ ਫਰੀਦ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਆਏ? ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਇਹ ਬੜੀ ਵਧੀਆ ਗੱਲ ਜੇ ਕਿ ਬਾਬਾ ਫਰੀਦ ਦੇ ਸ਼ਹਿਰ ਆਏ ਹਾਂ ਅਤੇ ਉਹਨਾਂ ਦੇ ਫੈਸਟੀਵਲ ਦੇ ਵਿੱਚ ਅਸੀਂ ਰਾਈਡ ਲਾ ਰਹੇ ਹਾਂ, ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਜੀ। ਐਕਚੁਅਲੀ ਮੇਰੇ ਨਾਲ ਦੇ ਰਾਈਡਰ ਜੋ ਕਹਿ ਰਹੇ ਤਰਨ ਤਾਰਨ ਤੋਂ ਆਏ ਹੈ, ਕਿਸੇ ਰਾਈਡ ਲਾਣ ਕੋਈ ਰਾਈਡ 'ਤੇ ਪਾਰਟੀਸਪੇਟ ਕਰਨ ਲਈ ਕੋਈ ਡਿਸਟੈਂਸ ਨਹੀਂ ਵੇਖਿਆ ਜਾਂਦਾ। ਅਸੀਂ ਹੁਸ਼ਿਆਰਪੁਰ ਜਾ ਕੇ ਪਿਛਲੇ ਸਾਲ ਵੀ ਅਤੇ ਐਤਕੇ ਸਾਲ ਵੀ ਹੁਸ਼ਿਆਰਪੁਰ ਜਾ ਕੇ ਰਾਈਡ ਲਾਈ ਹੈ। ਉੱਥੇ ਘੱਟ ਘੱਟ 250 ਸਾਈਕਲਿਸਟ ਅਲੱਗ ਅਲੱਗ ਏਰੀਆ ਤੋਂ, ਆਲ ਓਵਰ ਪੰਜਾਬ ਤੋਂ, ਇੰਡੀਆ ਤੋਂ ਉੱਥੇ ਆਏ ਸੀਗੇ ਕਿ ਰਾਈਡ ਲਾਣ ਲਈ ਕੋਈ ਡਿਸਟੈਂਸ ਨਹੀਂ ਦੇਖਿਆ ਜਾਂਦਾ, ਬਸ ਜਿੱਥੇ ਰਾਈਡ ਆ ਜੇ ਬਸ ਭੱਜ ਜਾਈਦਾ ਉੱਥੇ। ਹਾਂਜੀ, ਬਹੁਤ ਖੁਸ਼ੀ ਆ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ GI ਨੂੰ ਕਹਿੰਦੇ ਹਾਂ ਫਰੀਦਕੋਟ ਦੇ ਵਿੱਚ, ਅਤੇ ਮੈਂ ਅਸੀਂ ਲੋਕਲ ਹੀ ਹਾਂ ਜੀ। ਸਾਰਿਆਂ ਨੂੰ GI ਨੂੰ ਕਹਿੰਦੇ, ਜਿੰਨੇ ਵੀ ਸਾਈਕਲਿਸਟ ਆਏ ਆ ਪੂਰੇ ਪੰਜਾਬ ਤੋਂ ਜਾਂ ਆਲ ਓਵਰ ਇੰਡੀਆ ਤੋਂ, ਸਾਰਿਆਂ ਨੂੰ GI ਨੂੰ ਕਹਿੰਦੇ ਹਾਂ ਜੀ। ਖੁਸ਼ੀ ਮਹਿਸੂਸ ਹੋ ਰਹੀ ਆ ਅੱਜ ਜਿਹੜੇ ਪਹਿਲੇ ਦੂਜੇ ਤੀਜੇ ਨੰਬਰ 'ਤੇ ਆਉਣਗੇ ਉਹਨਾਂ ਨੂੰ 골ਡ ਮੈਡਲ ਮਿਲਣਗੇ? ਹਾਂਜੀ ਹਾਂ, ਖੁਸ਼ੀ ਆ। ਬਾਕੀ ਜਿਹਦੇ ਪੱਟਾਂ ਜ਼ੋਰ ਹੋਊਗਾ ਜੀ, ਜਿਤਨਾ ਤਾਂ ਬਾਕੀ ਜਿੱਤ ਹਾਰ ਬਣੀ ਆ, ਹੈ ਨਾ। ਇਹੀ ਗੇਮ ਆ ਜਿਹੜੀ, ਇਹੀ ਜ਼ਿੰਦਗੀ ਦਾ ਹਿੱਸਾ ਹੁੰਦੀ ਆ ਅਤੇ ਹਰ ਕੋਈ ਜਿੱਤਣ ਲਈ ਖੇਡਦਾ। ਤੁਹਾਡਾ ਨਿੱਤ ਦਾ ਕੰਮ ਆ 25 ਕਿਲੋਮੀਟਰ, ਤਾਂ ਤੁਹਾਨੂੰ ਕੁਛ ਵੀ ਨਹੀਂ ਲੱਗਦਾ? ਬਸ ਨੋਰਮਲੀ ਹੈ ਜੀ, ਨੋਰਮਲ ਚੱਲਦੇ ਰਹੀਦਾ, ਐਂ ਟਾਈਮ ਪਾਸ ਹੋ ਜਾਂਦਾ ਵਧੀਆ, ਆਪਦੇ ਫਰੈਂਡ ਸਰਕਲ ਨਾਲ ਜੁੜੇ ਰਹੀਦਾ। ਬਾਕੀ ਮਜ਼ਾ ਬਹੁਤ, ਇੰਜੋਏ ਬਹੁਤ ਹੁੰਦਾ ਹੈਗਾ, ਸਾਈਕਲਿੰਗ ਚਾਹੀਦਾ, ਆਪਦੇ ਸਿੱਟ ਰਹੀਦਾ। ਬਿਲਕੁਲ, ਅੱਜ ਤਾਂ ਹੋਰ ਇੰਜੋਏ ਹੋ ਜਾਣਾ ਕਿਉਂਕਿ 골ਡ ਮੈਂ ਅੱਜ ਤਾਂ ਪੂਰਾ ਜੀ ਪੂਰਾ, ਅੱਜ ਤਾਂ ਮੇਲਾ ਹੋ ਰਿਹਾ, ਨਾਲੇ ਬਾਬਾ ਜੀ ਦਾ ਮੇਲਾ ਸ਼ੁਰੂ ਹੋ ਗਿਆ, ਤਾਂ ਬਹੁਤ ਵਧੀਆ ਗੱਲ ਹੈ। ਤਾਂ ਫਿਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ। ਇਸ ਤੋਂ ਪਹਿਲਾਂ ਜਿਵੇਂ ਹੁਣ ਮਿਸ਼ਨ ਨਿਸ਼ਚੈ ਨੂੰ ਲੈ ਕੇ ਜਿਹੜਾ ਸਾਂਝ ਕੇਂਦਰ ਵੱਲੋਂ ਵੀ ਜਿਹੜਾ ਲਗਾਤਾਰ ਨੌਜਵਾਨਾਂ ਨੂੰ ਜਿਹੜਾ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ, ਉਹਨਾਂ ਵੱਲੋਂ ਵੀ ਜਿਹੜੀ ਇਸ ਤੋਂ ਪਹਿਲਾਂ
ਸਾਈਕਲ ਰੈਲੀ ਕੱਢੀ ਗਈ ਸੀਗੀ ਤਾਂ ਅੱਜ ਫਿਰ ਜਿਹੜੀ ਸਾਈਕਲ ਰੈਲੀ ਕੱਢੀ ਜਾ ਰਹੀ ਆ ਬਾਬਾ ਸ਼ੇਖ ਫਰੀਦ ਜੀ ਦੇ 55ਵੇਂ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਜਿਹੜੀ ਅੱਜ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਤਾਂ 25 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਇਹਨਾਂ ਵੱਲੋਂ ਤੈਅ ਕੀਤਾ ਜਾਊਗਾ ਤਾਂ ਪਹਿਲੇ ਦੂਜੇ ਤੀਜੇ ਨੰਬਰ 'ਤੇ ਆਉਣ ਵਾਲੇ ਜਿਹੜੇ ਇਹ ਸਾਈਕਲ ਰਾਈਡ ਚਲਾ ਰਹੇ ਨੇ ਸਾਈਕਲ ਰੈਲੀ ਕੱਢ ਰਹੇ ਨੇ ਤਾਂ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ। ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।